ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ਤੀ ਨੰਬਰ 1 ਨਿਊਜ਼ ਐਪ ਦੇਨਿਕ ਸਿਰਾ ਟਾਈਮਸ ਜੀ ਪੰਜਾਬੀ ਦੇ ਸੱਟ ਤੇ ਇਸ ਵਕਤ ਅਸੀਂ ਬੈਠੇ ਆਂ ਤੇ ਇਸ ਵਕਤ ਇੱਥੇ ਸ਼ੂਟਿੰਗ ਚੱਲ ਰਹੀ ਹੈ ਖਸਮਾਂ ਨੂੰ ਖਾਣੀ ਸੀਰੀਅਲ ਦੀ ਸੀਰੀਅਲ ਪਹਿਲਾਂ ਤੋਂ ਵੀ ਚੱਲ ਰਿਹਾ ਤੇ ਹੁਣ ਅੱਗੇ 3 ਮਹੀਨੇ ਦੇ ਲਾਕਡਾਊਨ ਤੋਂ ਬਾਅਦ ਇਹ ਲੋਕ ਫੇਰ ਤੋਂ ਇਹ ਸ਼ੂਟਿੰਗ ਆਪਣੀ ਸ਼ੁਰੂ ਕਰ ਰਹੇ ਨੇ ਤੇ ਅੱਗੇ ਔਨ 에ਅਰ ਵੀ ਹੋਏਗਾ ਮੇਰੇ ਨਾਲ ਇਸ ਵਕਤ ਮੌਜੂਦ ਨੇ ਇਸ ਸੀਰੀਅਲ ਦੇ ਹੀਰੋ ਨਵੀਰ अरोड़ा ਨਵੀਰ ਰੋੜਾ ਜੀ ਕੀ ਹਾਲ ਹੈ ਵਧੀਆ ਜੀ ਸਤ ਪਰ ਤਾਂ ਇਹ ਦੱਸੋ ਵੀ 3 ਮਹੀਨੇ ਬਾਅਦ ਸ਼ੂਟਿੰਗ ਸ਼ੁਰੂ ਹੋਈ ਹੈ ਤੇ ਕਿੱਦਾਂ ਲੱਗ ਰਿਹਾ ਬੋਰ ਹੋਏ ਘਰ ਬੈਠ ਕੇ ਕੀ ਕੀਤਾ ਲੌਕਡਾਊਨ ਨਹੀਂ ਸਗੋਂ ਮੈਂ ਲੌਕਡਾਊਨ ਚ ਜੋ ਟਾਈਮ ਮਿਲਿਆ ਮੈਂ ਜਿਹੜੀ ਚੀਜ਼ਾਂ ਕਰਦਾ ਸੀ ਆਪਣੀਆਂ ਮਤਲਬ ਸੌਂਗਸ ਲਿਖਦਾ ਹੁੰਦਾ ਸੀਗਾ ਉਦਾਂ ਕੁਝ ਸਟੋਰੀਜ਼ ਲਿਖਦਾ ਸੀਗਾ ਤੇ ਮੈਂ ਸੌਂਗਸ ਬਣਾਏ ਹੈ ਕੰਪੋਜ਼ ਕੀਤੇ ਬਹੁਤ ਚੀਜ਼ਾਂ ਨਵੀਆਂ ਕੀਤੀਆਂ ਲਾਈਕ ਕੰਪੋਜ਼ਿੰਗ ਨਹੀਂ ਕਰਦਾ ਸੀਗਾ ਸਿਰਫ ਗਾਉਂਦਾ ਸੀਗਾ ਹੁਣ ਕੰਪੋਜ਼ਿੰਗ ਕਰਨੀ ਸਟਾਰਟ ਕੀਤੀ ਹੈ ਉਹ ਸਭ ਚੀਜ਼ਾਂ ਕੀਤੀ ਮੈਨੂੰ ਟਾਈਮ ਮਿਲਿਆ ਔਰ ਮੈਂ ਕਹਿੰਦਾ ਮੇਰੇ ਵਾਸਤੇ 3 ਮਹੀਨੇ ਵੀ ਕੱਟ ਸੀਗੇ ਤੇ ਆਲਰੇਡੀ ਜਿਹੜੀਆਂ ਚੀ ਉਹਨਾਂ ਨੂੰ ਰਿਕਾਰਡ ਕਰਨਾ ਸੀਗਾ ਉਹ ਹਲੇ ਚੀਜ਼ਾਂ ਬਾਕੀਆਂ ਬਾਕੀ ਅੱਛਾ ਟਾਈਮ ਰਿਹਾ ਜੋ ਮੈਂ ਖੁਦ ਕਰਨਾ ਚਾਹੁੰਦਾ ਸੀ ਉਹ ਕਰਨ ਦਾ ਟਾਈਮ ਮਿਲ ਗਿਆ ਨਵੀ ਜੀ ਤੁਸੀਂ ਐਕਟਿੰਗ ਤਾਂ ਕਰ ਹੀ ਰਹੇ ਹੋ ਤੁਸੀਂ ਇਹਦੇ ਬਦ ਲਿਖਤ ਦੇ ਵੀ ਹੋ ਤੁਸੀਂ ਕੰਪੋਜ਼ਿੰਗ ਦੀ ਵੀ ਗੱਲ ਕੀਤੀ ਹੈ ਸਿੰਗਿੰਗ ਦੀ ਵੀ ਕੀਤੀ ਹੈ ਪਹਿਲਾਂ ਇਹ ਦੱਸੋ ਵੀ ਕੰਮ ਕਿਹੜੇ-ਕਿਹੜੇ ਕਰਦੇ ਹੋ ਸਿੰਗਿੰਗ ਆ ਐਕਚੁਅਲੀ ਮੈਂ ਫਿਊਚਰ ਚ ਡਾਇਰੈਕਸ਼ਨ ਵੀ ਕਰਨਾ ਚਾਹੁੰਦਾ ਠੀਕ ਹੈ ਤੇ ਐਕਟਿੰਗ ਕਰਦਾ ਐਕਟਿੰਗ ਮੇਰਾ ਪੈਸ਼ਨ ਸੀਗਾ ਲਾਈਕ 7ਥ ਕਲਾਸ ਤੋਂ ਜਦੋਂ ਮੈਂ ਤਾਰੇ ਜ਼ਮੀਰ ਪਰ ਦੇਖੀ ਸੀ ਉਹ ਉਦਾਂ ਸੀਗਾ ਤੇ ਉਸ ਟਾਈਮ ਸਕੂਲ ਨਾ ਪ੍ਰੈਕਟਿਸ ਹੁੰਦੀ ਸੀ ਸ਼ਾਮੀ 5 ਵਜੇ ਤੇ ਮੈਂ 5 ਵਜੇ ਜਾ ਨਹੀਂ ਸਕਦਾ ਸੀ ਕਿਉਂਕਿ ਸਾਡਾ ਸਕੂਲ ਸੀਗਾ 12 13 ਕਿਲੋਮੀਟਰ ਦੂਰ ਸੋ ਉਸ ਕਰਕੇ ਕਰਦੇ ਨਾ ਜਾਣੇ ਦਿੱਤਾ ਅੰਦਰ ਭਰੀ ਗਿਆ ਜਦੋਂ ਮੇਰਾ ਕਾਲਜ ਖਤਮ ਹੋਇਆ ਮੈਂ ਦਿੱਲੀ ਥੀਏਟਰ ਕਰਨ ਚਲਾ ਗਿਆ ਉਸ ਤੋਂ ਬਾਅਦ ਸਟਾਰਟ ਕੀਤਾ ਲਿਖਦਾ ਮੈਂ ਬਹੁਤ ਟਾਈਮ ਤੱਕ ਲਿਖਦਾ ਮੈਂ ਛੋਟੇ ਨੂੰ ਤੱਕ ਮਤਲਬ ਸ਼ੁਰੂ ਤੋਂ ਹੀ ਸ਼ੌਕ ਪਿਆ ਹੈ ਕਿ ਐਕਟਿੰਗ ਦੇ ਵਿੱਚ ਹੀ ਜਾਣਾ ਹੈ ਬਿਲਕੁਲ ਬਿਲਕੁਲ ਫਿਰ ਅੱਗੇ ਕੀ ਕਰਤਾ ਹਤੋ ਉਸ ਤੋਂ ਬਾਅਦ ਥੀਏਟਰ ਕੀਤਾ ਹੁਣ ਦਿੱਲੀ ਜਾ ਕੇ ਦਿੱਲੀ ਸਟਾਰਟ ਹੀ ਕੀਤਾ ਸੀਗਾ ਹਲੇ ਹਲੇ ਨੁਕਕੜਾਟਕ ਹੁੰਦੇ ਨੇ ਜਿਹੜੇ ਸਟਰੀਟ ਪਲੇ ਉਹ ਸਟਾਰਟ ਕੀਤੇ ਸੀ ਜਦੋਂ ਮੈਨੂੰ ਪਲੇ ਚ ਮਿਲਿਆ ਹਿੱਸਾ ਕਿ ਹਾਂ ਹੁਣ ਮੈਂ ਪ੍ਰੈਕਟਿਸ ਕਰਨੀ ਸਟਾਰਟ ਕਰੂੰਗਾ ਪਲੇ ਦੀ ਫੇਰ ਮੈਨੂੰ ਮਿਲ ਗਿਆ ਪੀਸੀ ਪੰਜਾਬੀ ਦਾ ਮਿਸਟਰ ਪੰਜਾਬ ਥੈਨ ਉਹ ਟੀਵੀ ਤੇ ਚੱਲ ਰਿਹਾ ਸੀਗਾ ਰੂਡਿਸ ਮਿਲ ਗਿਆ ਉਸ ਤੋਂ ਬਾਅਦ ਮੁੰਬਈ ਸ਼ਿਫਟ ਹੋ ਗਿਆ ਮੁੰਬਈ ਜਾ ਕੇ ਕਲਾਸੇਜ਼ ਲਈਆਂ ਕੈਮਰਾ ਕਲਾਸੇਜ਼ ਥੈਨ ਮੈਨੂੰ ਮਿਲਿਆ ਬੜੋ ਬਹੂ ਐਨ ਟੀਵੀ ਫਿਰ ਐਡਸ ਕੀਤੀਆਂ ਫਿਰ ਸਟਾਰ ਪਲੱਸ ਦਾ ਨਜ਼ਰ ਕੀਤਾ ਤੇ ਉਹੀ ਜਰਨੀ ਚੱਲਦੀ ਰਹੀ ਚੱਲਦੀ ਰਹੀ ਮਤਲਬ ਥੀਏ ਪੰਜਾਬ ਆਪਣੇ ਪੰਜਾਬ ਚ ਆ ਕੇ ਸ਼ੋਅ ਕਰ ਰਿਹਾ ਆਪਣਾ ਪੰਜਾਬੀ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਅਜਮਾਇਸ਼ ਕੀਤੀ ਕਿਸਮਤ ਦੀ ਲੱਕੀਲੀ ਰੱਬ ਵੱਲੋਂ ਮੈਨੂੰ ਸਟੱਡੀ ਖਤਮ ਹੁੰਦੀ ਮੇਰੀ 15 ਸਟੱਡੀ ਖਤਮ ਹੋਈ ਸੀ ਜੂਨ ਜਲਾਈ ਚ ਮੈਨੂੰ ਲਾਸਟ ਹੁੰਦੇ ਹੁੰਦੇ 15 ਚ ਹੀ ਕੰਮ ਮਿਲਣਾ ਸਟਾਰਟ ਹੋ ਗਿਆ ਸੀ ਰਿਐਲਿਟੀ ਸ਼ੋਅ ਸਟਾਰਟ ਹੋ ਗਏ ਇਹ ਉਹ ਤੇ ਟੱਚਵਰਡ ਕਦੀ ਕੰਮ ਬੰਦ ਹੀ ਨਹੀਂ ਹੋਇਆ ਕਿਆ ਬਾਤ ਫਿਰ ਤਾਂ ਤੁਸੀਂ ਲਗੇਸਟ ਬੰਦਿਆਂ ਚ ਇੱਕ ਸਭ ਤੋਂ ਵੱਡੀ ਗੱਲ ਹੈ ਮੁੰਬਈ ਨਾਲ ਜੋ ਆਪਾਂ ਫਲੈਟ ਤੇ ਹੁੰਦੇ ਸੀ ਨਾ ਮੇਰੇ ਕੋ ਮੇਰੇ ਫਰੈਂਡਸ ਆਉਂਦੇ ਸੀ ਕਿ ਹਾਂ ਨਵੀ ਯਾਰ ਡਿਪਰੈਸਿੰਗ ਫੀਲ ਹੋ ਰਿਹਾ ਹੈ ਐਸਾ ਹੋ ਰਿਹਾ ਹੈ ਉਹ ਹੋ ਰਿਹਾ ਹੈ ਮਤਲਬ ਡਾਊਨ ਫੀਲ ਹੋ ਰਿਹਾ ਕਿਉਂਕਿ ਮੁੰਬਈ ਐਹੋ ਜੀ ਜਗ੍ਹਾ ਵਾ ਕਿ ਜਦ ਤੱਕ ਕੰਮ ਨਹੀਂ ਹੈ ਨਾ 네ਗੇਟਿਵਿਟੀ ਬਹੁਤ ਜ਼ਿਆਦਾ ਹੁੰਦੀ ਕਈ ਵਾਰੀ ਪਰ ਉਹਦਾ ਆਪਾਂ ਹੁਣ ਇੱਕ ਤਾਜ਼ਾ ਉਦਾਹਰਣ ਕਹਿ ਸਕਦੇ ਆ ਸ਼ਿਸ਼ਾਨ ਦਾ ਜੀ ਬਿਲਕੁਲ ਉਹਨਾਂ ਨੂੰ ਮੈਂ ਆਪ ਮਿਲਿਆ ਹੋਇਆ ਸੀਗਾ ਠੀਕ ਹੈ ਤੇ ਮਤਲਬ ਫਰੈਂਡ ਦੇ ਫਰੈਂਡ ਹੈ ਗੋ ਠੀਕ ਹੈ ਇਸ ਤਰ੍ਹਾਂ ਸਰਕਲ ਸੀਗਾ ਮੁੰਬਈ ਦੇ ਵਿੱਚ ਤੇ ਈਵਨ ਓਨ ਅ ਡੈਥ ਤੋਂ ਬਾਅਦ ਦਾ ਮੈਂ ਇੱਕ ਮੇਰਾ ਕੋਈ ਰਿਲੇਸ਼ਨ ਨਹੀਂ ਕੋ ਕੁਝ ਨਹੀਂ ਪਰ ਫਿਰ ਵੀ ਮੈਂ ਸ਼ਾਂਤ ਰਿਆ ਸੀ ਔਰ ਸੈਕਿੰਡ ਡੇ ਮੈਂ ਫਰਸਟ ਟਾਈਮ ਦੱਸ ਰਿਹਾ ਮੈਂ ਸਾਰਾ ਦਿਨ ਰੋਇਆ ਮੈਂ ਬਹੁਤ ਰੋਇਆ ਸੀ ਬਹੁਤ ਮਤਲਬ ਇੱਕ ਪ੍ਰੋਫੈਸ਼ਨਲ ਮੇਟ ਹੁੰਦੇ ਹੋਏ ਚਾਹੇ ਤੁਸੀਂ ਨਾ ਮਿਲੇ ਹੋਮ ਪਰ ਦੁੱਖ ਤਾਂ ਦੇਖੋ ਹੁੰਦਾ ਹੈ ਨਾ ਮਿਲਿਆ ਜ਼ਰੂਰਾਂ ਇੱਕ ਵਾਰੀ ਬਟ ਇੱਕ ਹੁੰਦਾ ਨਾ ਇੰਨਾ ਕਨੈਕਸ਼ਨ ਨਹੀਂ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਦਾ ਮੈਂ ਡਾਈ ਹਾਰਡ ਫੈਨ ਆ ਕੁਛ ਪਰ ਜਿਹੜੀ ਚੀਜ਼ਾਂ ਮਨ ਨੂੰ ਕੁਝ ਸਿੱਖੀਆਂ ਲਾਈਕ ਧੋਨੀ ਫਿਲਮਾਈ ਸੀ ਉਹ ਹਰ ਇੱਕ ਨੇ ਦੇਖੀ ਚਿਚੋਰੇ ਮੂਵੀ ਬਹੁਤ ਸਿੱਖਣ ਵਾਲੀ ਇੱਕ ਨਾਰਮਲ ਬੰਦੇ ਵਾਸਤੇ ਚਿਚੋਰੇ ਸ਼ਾਇਦ ਹਿੱਟ ਨਹੀਂ ਹੋਏਗੀ ਪਰ ਐ ਇਹ ਚੋਰੀ ਬਹੁਤ ਅਚੀ ਮੂਵੀ ਸੀ ਔਰ ਜਿਸ ਤਰ੍ਹਾਂ ਉਹਨੇ ਲਾਈਫ ਸੀਗੀ ਨਾ ਠੀਕ ਹੈ ਹੁਣ ਆਪਾਂ ਚੀਜ਼ਾਂ ਦੇਖਦੇ ਹਾਂ ਹੁਣ ਜ਼ਿਆਦਾ ਹਾਈਲਾਈਟ ਹੁੰਦੀਆਂ ਜ਼ਿਆਦਾ ਫੀਲ ਹੁੰਦਾ ਇਫ ਯਾਰ ਉਹ ਬੰਦਾ ਜੰਦਾ ਹੁੰਦਾ ਤੇ ਕਿੰਨਾ ਵਧੀਆ ਹੋਣਾ ਸੀ ਤੇ ਉਹ ਚੀਜ਼ਾਂ ਸੋਚ ਕੇ ਨਾ ਇੱਕਦਮ ਹਿਲਦਾ ਦਿਲ ਅੱਜ ਵੀ ਰੀਅਲ ਗੱਲ ਹੈ ਦੇਖੋ ਚਾਹੇ ਤੁਹਾਡੇ ਤੋਂ ਸੀਨੀਅਰ ਸੀਗੇ ਆਪਾਂ ਇੱਕ ਦੂਸਰੇ ਟੌਪਿਕ ਦੇ ਵਿੱਚ ਆ ਗਏ ਸੁਸ਼ਾਂਤ ਨੇ 7-8 ਫਿਲਮਾਂ ਵੀ ਕੀਤੀਆਂ ਸੀ ਪਰ ਕੀ ਤੁਸੀਂ ਮੰਨਦੇ ਹੋ ਕਿ ਇਸ ਤਰ੍ਹਾਂ ਹੋਪਲੈਸ ਹੋਣਾ ਵਧੀਆ ਹੈਗਾ ਸਾਰਿਆਂ ਵਾਸਤੇ ਨਹੀਂ ਇਹ ਤਾਂ ਮੈਂ ਇਹ ਵੀ ਨਹੀਂ ਮੰਨਦਾ ਕਿ ਉਹ ਬੰਦਾ ਹੋਪਲੈਸ ਹੋਇਆ ਹੋਣਾ ਅ ਅ ਠੀਕ ਹੈ ਉਹ ਚੀਜ਼ਾਂ ਹੋਣ ਗਿਆ ਸ਼ਾਇਦ ਲੋਕਾਂ ਦਾ ਜ਼ੋਰ ਬਹੁਤ ਚੀਜ਼ਾਂ ਦਾ ਪ੍ਰੈਸ਼ਰ ਹੈ ਠੀਕ ਹੈ ਉਸ ਚੀਜ਼ ਨਾਲ ਹੋ ਗਿਆ ਪਰ ਉਹ ਬੰਦਾ ਆਪਣੇ ਆਪ ਨਹੀਂ ਹੋ ਸਕਦਾ ਕਿਉਂਕਿ ਉਹ ਜਦੋਂ ਮੈਂ ਮਿਲਿਆ ਸੀ ਨਾ ਉਹ ਬੰਦਾ ਇੰਨਾ ਤਗੜਾ ਮੋਟੀਵੇਸ਼ਨਲ ਸਪੀਕਰ ਹੈ ਨਾ ਕਿਸੇ ਨਾਲ ਗੱਲ ਕਰੇਗਾ ਨਾ ਬੰਦਾ ਬਹੁਤ ਹਾਈ ਹੋ ਜਾਏਗਾ ਬਹੁਤ ਜਿਹੜੀ ਉਹਦੇ ਗੋਲਸ ਹਨ ਉਹ ਲੱਗੇਗਾ ਮੈਂ ਬੜੇ इजीली ਪਾ ਲੂੰਗਾ ਉਹ ਇਸ ਤਰ੍ਹਾਂ ਦਾ ਬੰਦਾ ਸੀ ਠੀਕ ਹੈ ਸਿਚੁਏਸ਼ਨਸ ਪਣ ਜਾਂਦੀਆਂ ਬੰਦੇ ਨੂੰ ਪਤਾ ਨਹੀਂ ਲੱਗਦਾ ਸਵੇਰ ਤੋਂ ਸ਼ਾਮ ਤੱਕ ਕੀ ਹੋ ਜਾਏ ਕੁਝ ਨਹੀਂ ਪਤਾ ਹੁੰਦਾ ਲਾਈਫ ਦਾ ਸੋ ਪੋਜ਼ਿਟਿਵ ਰਹੋ ਤੇ ਨਾਲ ਦੇਨ ਨੂੰ ਵੀ ਪੋਜ਼ਿਟਿਵ ਕਰੋ ਸਭ ਤੋਂ ਵੱਡੀ ਗੱਲ ਹੈ ਸਰੌਂਡਿੰਗਸ ਪੋਜ਼ਿਟਿਵ ਰੱਖੂਗੇ ਨਾ ਕਦੀ ਲਾਈਫ ਡਾਊਨ ਨਹੀਂ ਹੋਣਗੇ ਔਰ ਜਿਹੜੇ ਗੋਲਸ ਤੁਸੀਂ ਪਾਉਣੇ ਆ ਉਹ 100% ਮਿਲੋਗੇ ਔਰ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਮੈਂ ਲਗਾਤਾਰ ਕੰਮ ਕਰ ਰਿਹਾ ਮੇਰਾ ਕਦੀ ਕੰਮ ਰੁਕਿਆ ਨਹੀਂ ਕਿਉਂ ਕਿ ਮੈਨੂੰ ਪਤਾ ਹੈ ਕਿ ਮੇਰਾ ਗੋਲ ਬਹੁਤ ਵੱਡਾ ਠੀਕ ਹੈ ਉਹ ਨੂੰ ਮੈਂ ਆ ਨਹੀਂ ਕਹਿੰਦਾ ਕਿ ਮੇਰੇ ਸਪਨੇ ਮੇਰੇ ਸਪਨੇ ਨਹੀਂ ਹੈ ਮੇਰੀ ਫਿਊਚਰ ਰਿਐਲਿਟੀ ਹੈ ਜੋ ਕਿ ਮੈਂ ਕਰੂੰਗਾ ਮੈਂ ਆ ਗੱਡੀ ਲੈਣੀ ਤੇ ਮੈਂ ਲੈਣੀ ਹੈ ਇਸ ਸਾਲ ਦੇ ਵਿੱਚ ਮੈਂ ਆ ਕੰਮ ਕਰਨਾ ਤਾਂ ਮੈਂ ਕਰਨਾ ਹੈ ਠੀਕ ਹੈ ਉਹ ਚੀਜ਼ਾਂ ਵਾ ਗੋਲਸ ਸੈੱਟ ਕਰਕੇ ਇੰਨੇ ਪੋਜ਼ਿਟਿਵ ਹੋਵੋ ਨਾ 1% ਵੀ ਆ ਨਹੀਂ ਹੋਣਾ ਚਾਹੀਦਾ ਕਿ ਉਹ ਨਹੀਂ ਹੋਏਗਾ 100% ਹੋਏਗਾ ਉਹ ਬਹੁਤ ਵਧੀਆ ਗੱਲ ਕੀਤੀ ਹੈ ਜੀ ਨਵੀ ਨੇ ਹਾਲਾਂਕਿ ਉਮਰ ਇਹਦੀ ਘੱਟ ਹੈਗੀ ਹੈ ਪਰੰਤੂ ਐਕਸਪੀਰੀਅੰਸ ਇਹਦੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਹੈਗੇ ਨੇ ਸਾਡੇ ਲੋਕਾਂ ਨਾਲੋਂ ਨਵੀ ਜੀ ਫਿਲਮ ਦੇ ਵਿੱਚ ਕੀ ਰੋਲ ਹੈ ਤੁਹਾਡਾ ਜਿਹੜਾ ਸੀਰੀਅਲ ਬਣਾ ਰਿਹਾ ਆਪਾਂ ਖਸਮਾਨੁਖਾਨੀ ਨਾ ਤਾਂ ਬੜਾ ਇੰਟਰਸਟਿੰਗ ਹੈਗਾ ਇਹਦਾ ਖਸਮਾਨੁਖਾਨੀ ਜਿਹਦਾ ਸਾਰੀ ਕਹਾਣੀ ਤੁਹਾਡੇ ਦੋਵਾਲੀ ਘੁੰਮਦੀ ਲ ਬਿਲਕੁਲ ਬਿਲਕੁਲ ਤਾਂ ਹੀ ਕਰਕੇ ਪਤਾ ਕੀ ਹੁੰਦਾ ਮੈਨੂੰ ਤੀਦੇ ਤੀ ਦਿਨ ਛੁੱਟ ਹੁੰਦਾ ਇਸੇ ਕਰਕੇ ਕਿਉਂਕਿ ਇੱਕ ਇੱਕਾਂ ਦੀ ਏ ਬਾਹਰ ਵਾਲੀ ਤਾਂ ਵੀ ਸ਼ੂਟ ਹੁੰਦਾ ਘਰ ਵਾਲੀ ਆਂਦੀ ਤਾਂ ਵੀ ਸ਼ੂਟ ਹੁੰਦਾ ਤੇ ਇਹ ਚ ਇਦਾਂ ਵਾ ਕਿ ਅਰਮਾਨ ਹੈਪੀਲੀ ਮੈਰਿਡ ਸੀਗਾ ਪਹਿਲਾਂ ਠੀਕ ਹੈ ਬਾਅਦ ਚ ਜਦੋਂ ਉਹਨੇ ਆਫਿਸ ਦੇ ਵਿੱਚ ਮਾਡਰਨ ਕੁੜੀ ਵੇਖੀ ਉਹਦੇ ਮਗਰ ਲੱਗ ਕੇ ਆਪਣੀ ਵੋਟੀ ਨੂੰ ਤੰਗ ਮਤਲਬ ਛੱਡਿਆ ਤੰਗ ਕੀਤਾ ਡਿਸਟਰਬ ਕੀਤਾ ਉਹ ਰੋਂਦੀ ਸੀਗੀ ਸਭ ਕੁਝ ਉਹ ਇਗਨੋਰ ਕਰਦਾ ਰਿਹਾ ਮੇਨਲੀ ਗਲਤ ਬੰਦਾ ਨਹੀਂ ਸੀਗਾ ਪਰ ਇੱਕ ਬਿਊਟੀ ਦੇਖ ਕੇ ਉਹਦੇ ਮਗਰ ਪੱਜਿਆ ਪਰ ਉਹ ਬੱਚੇ ਨਾਲ ਆਪਣੇ ਬਹੁਤ ਪਿਆਰ ਕਰਦਾ ਠੀਕ ਹੈ ਉਹਦੇ ਵਾਸਤੇ ਉਹਦਾ ਦਿਲ ਬਹੁਤ ਸੌਫਟ ਹੈ ਕਿ ਹਾਂ ਉਹਨੂੰ ਕੋਈ ਖਰੋਚ ਵੀ ਆਵੇ ਨਾ ਤੇ ਬਹੁਤ ਦੁੱਖਦਾ ਤੇ ਉਹੀ ਚੀਜ਼ਾਂ ਰਿਵੋਲਵ ਕਰਦੀਆਂ ਇਤੋਂ ਸਿੱਖਣ ਨੂੰ ਮਿਲਦਾ ਕਿ ਇਫ ਤੁਸੀਂ ਆਪਣੀ ਲਾਈਫ ਚ ਤੁਸੀਂ ਦੇਖ ਰਹੇ ਹੋ ਕਿ ਅਗਰ ਆ ਚੀਜ਼ ਹੈ ਤੁਹਾਡੀ ਫੈਮਿਲੀ ਕਿਦਾਂ ਖਰਾਬ ਹੋ ਰਹੀ ਹੈ ਕਿਦਾਂ ਸਾਰਾ ਸਿਸਟਮ ਖਰਾਬ ਹੋ ਰਿਹਾ ਸੋ ਲੌਂਗ ਟਰਮ ਵਾਸਤੇ ਇਹ ਚੀਜ਼ਾਂ ਕਦੀ ਨਹੀਂ ਚਲਦੀਆਂ ਫੈਮਿਲੀ ਖਰਾਬ ਹੀ ਹੁੰਦੀ ਹੈ ਸੋ ਸਿੱਖਣਾ ਚਾਹੀਦਾ ਕਿ ਫੈਮਿਲੀ ਚ ਮੈਨਾ ਜੋ ਹੋ ਰਿਹਾ 쇼 ਦੇ ਵਿੱਚ ਮੈਨਾ ਜੋ ਹੋ ਰਿਹਾ ਉਹ ਤੁਹਾਡੇ ਨਾਲ ਨਾ ਹੋਵੇ ਬੜੀ ਵਧੀਆ ਗੱਲ ਕੀਤੀ ਹੈ ਜੀ ਨਵੀ ਜੀ ਨੇ ਕਿਉਂਕਿ ਆਮ ਬਹੁਤ ਸਾਰੇ ਲੋਕਾਂ ਨੂੰ ਐ ਲੱਗੇਗਾ ਦੇਖ ਕੇ ਸਿਰ ਲੱਗੇ ਮੇਰੀਓ ਕਹਾਣੀ ਐ ਇਹ ਤੇ ਨਵੀ ਜੀ ਇਹ ਜੋ ਬਾਰਾ ਨਿਕਲਣ ਦਾ ਦੱਸੋ ਨਾ ਰਸਤਾ ਲੋਕਾਂ ਨੂੰ ਮੈਂ ਦੱਸਦਾ ਉਹੀ ਗੱਲ ਹੈ ਹੁਣ ਜਦਾਂ ਸ਼ੋ ਤੋਂ ਕਈ ਨਾ ਦੇਖ ਕੇ ਨਾ ਕਈ ਵਾਰੀ ਆਪਾਂ ਸ਼ੋ ਤੋਂ 네ਗੇਟਿਵ ਲੈਨੇ ਪੋਜ਼ਿਟਿਵ ਲੈਨੇ ਇਫ ਆਪਾਂ 네ਗੇਟਿਵ ਲਈਏ ਤਾਂ ਮਤਲਬ ਦੇਖ ਕੇ ਸਿਕਦਾ ਓ ਯਾਰ ਇਹ ਤਾਂ ਐਸ਼ਿਆ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਪਰ ਪੋਜ਼ਿਟਿਵ ਵੇ ਨਾ ਉਹਨੂੰ ਚੀਜ਼ ਨੂੰ ਸਿੱਖੋ ਕਿ ਯਾਰ ਚੀਜ਼ਾਂ ਖਰਾਬ ਹੋ ਰਹੀਆਂ ਠੀਕ ਹੈ ਇਫ ਮੈਂ ਹੈਪੀਲੀ ਮੈਰੀਡਾ ਮੈਂ ਇਵਨ ਮੈਂ ਦੱਸਾਂ ਮੈਂ ਸੀਨ ਕਰਦਾ ਨਾ ਜਦੋਂ ਮੈਂ ਬੋਲਦਾ ਜਾਂ ਕੁਝ ਕਰਦਾ ਕਈ ਵਾਰੀ ਮੈਂ ਆਪ ਰੋ ਪੈਂਦਾ ਹਾਂ ਉਹਨਾਂ ਬਾਤ ਕਿ ਯਾਰ ਇੰਨਾ ਜ਼ਿਆਦਾ ਕਰ ਰਿਹਾ ਅਗਰ ਬੰਦਾ ਫੀਲ ਦੇ ਵਿੱਚ ਹੈ ਕਈ ਵਾਰੀ ਮੈਂ ਐਪੀਸੋਡ ਦੇਖਦਾ ਨਾ ਤੇ ਮੈਂ ਕਈ ਵਾਰੀ ਐਪੀਸੋਡ ਦੇਖਦੇ ਤੇ ਆਪ ਰੋਇਆ ਕਿਉਂ ਕਿਉਂਕਿ ਮੈਨੂੰ ਫੀਲ ਹੁੰਦਾ ਯਾਰ ਉਹਨਾਂ ਕਿੰਨਾ ਮੈਂ ਗਲਤ ਕਰ ਰਹੇ ਹਾਂ ਸੋ ਜਿੰਨਾਂ ਅਸਲੀ ਵਿੱਚ ਹੁੰਦਾ ਹੋਏਗਾ ਉਹ ਕੀ ਹਾਲ ਹੁੰਦਾ ਹੋਏਗਾ ਸੋ ਰੱਬ ਦੇ ਬਣਾਏ ਬੰਦੇ ਐ ਪੋਜ਼ਿਟਿਵ ਪੋਜ਼ਿਟਿਵ ਰਹੋ ਪੋਜ਼ਿਟਿਵਿਟੀ ਫਲਾਓ ਜਿਹੜੀ ਨੈਗੇਟਿਵਿਟੀ ਹੈ ਨਾ ਉਹ ਹੀ ਚੀਜ਼ਾਂ ਨੂੰ ਖਰਾਬ ਕਰਦੀ ਹੈ ਨਵੀ ਜੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਤੁਸੀਂ ਸਿੰਗਰ ਵੀ ਹੋ ਕਦੇ ਗਾਣਾ ਗੁੰਨਾ ਗਾਇਆ ਕਿਤੇ ਮੌਕਾ ਮਿਲਿਆ ਨਹੀਂ ਮੈਂ ਐਕਚੁਅਲ ਚ ਮੈਂ ਸਿੱਖਣਾ ਸਟਾਰਟ ਕੀਤਾ ਸੀਗਾ ਫਿਰ ਮੈਨੂੰ ਟਾਈਮ ਨਹੀਂ ਲੱਗਾ ਕਦੀ ਤੇ ਮੈਂ ਆਪਣੇ ਪ੍ਰੈਕਟਿਸ ਕਰਦਾ ਸੀਗਾ ਗਾਂਦਾ ਗੁੰਦਾ ਸੀਗਾ ਐਕਚੁਅਲੀ ਮੈਂ ਲਿਖਦਾ ਸੀਗਾ ਮੇਨ ਮੈਂ ਲਿਖਦਾ ਮਾਂ ਠੀਕ ਹੈ ਥੈਨ ਇਸ ਲਾਕਡਾਊਨ ਦੇ ਵਿੱਚ ਮੇਰੀ ਨਵੀਂ ਚੀਜ਼ ਹੋਈ ਕੰਪੋਜੀਸ਼ਨ ਬਣਾਣੀ ਸ਼ੁਰੂ ਕੀਤੀ ਤਰਜ਼ ਬਣਾਣੀ ਸ਼ੁਰੂ ਕੀਤੀ ਗਾਣੇ ਗੁੰਨੇ ਕਿੰਨੇ ਕੁ ਲਿਖੇ ਨੇ ਗਾਣੇ ਕਮ ਸਿਕਮ 130 40 ਹੋ ਗਏ ਹੁਣੇ ਕਮ ਸਿਕਮ ਤੁਹਾਡੇ ਆਪਣੇ ਲਿਖੇ ਹੋਏ ਜਿਹੜਾ ਗਾਣਾ ਉਹਦੇ ਵਿੱਚ ਸਭ ਤੋਂ ਵਧੀਆ ਲੱਗਦਾ ਤੁਹਾਨੂੰ ਉਹ ਦੋ ਕ ਲਾਈਨਾਂ ਸੁਣਾਓ ਸਾਡੇ ਦਰਸ਼ਕਾਂ ਵਾਸਤੇ ਜਿਹੜਾ ਹੁਣ ਆਉਣ ਲੱਗਾ ਉਹਦੀਆਂ ਚਲੋ ਸੁਣਾ ਲੰਨਾ ਇੱਕ ਮਿੰਟ ਗੁੱਤਦਾ ਪਰਾਂਦਾ ਵਜਦਾ ਲੱਗ ਤੇਰੇ ਤੇ ਨਹੀਂ ਸਾਰੇ ਟਾਊਨ ਦੇ ਮੁੰਡਿਆਂ ਦੀ ਆਖ ਤੇਰੇ ਤੇ ਨਹੀਂ ਗੁੱਤ ਦਾ ਪਰੰਦਾ ਵੱਜਦਾ ਲੱਗ ਤੇਰੇ ਤੇ ਨਹੀਂ ਸਾਰੇ ਟਾਊਨ ਦੇ ਮੁੰਡਿਆਂ ਦੀ ਆ ਅੱਖ ਤੇਰੇ ਤੇ ਨਹੀਂ ਤੇਰੇ ਕੰਨਾਂ ਵਾਲ ਚੁੰਮ ਕੇ ਤੇਰਾ ਠੋਡੀ ਵਾਲਾ ਤਿਲ ਤੇਰੇ ਕੰਗਣੇ ਨੇ ਤਾਂ ਬੱਲੀਏ ਬੜੇ ਚੋਰੀ ਕੀਤੇ ਦਿਲ ਤੇਰੇ ਹੁਸਨ ਬਣਾ ਕੇ ਰੱਖ ਦਿੱਤਾ ਹਰ ਇੱਕ ਮੁੰਡਾ ਆਵਾਰਾ ਇਸ ਤੋਂ ਦਾ ਹੁਕਲਾ ਹੀ ਨਾ ਆਉਂਦੀ ਏ ਉਹ ਗਾਣੇ ਸੁਣੀਓ ਸੋ اے ਸੀ ਜੀ ਐਨ ਨਵੀ ਅਰੋੜਾ ਬੜਾ ਵਧੀਆ ਮੁੰਡੇ ਦੀ ਸੋਚ ਹੈਗੀ ਹੈ ਬੜਾ ਆਪਟੀਮਿਸਟਿਕ ਆਸ਼ਾਵਾਦੀ ਹੈਗਾ ਅੱਜ ਦੇ ਟਾਈਮ ਦੇ ਵਿੱਚ ਅਜਿਹੀ ਸੋਚ ਰੱਖਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਸਟਰਗਲ ਜ਼ਿਆਦਾ ਹੈਗੀ ਅੱਜ ਦੇ ਟਾਈਮ 'ਚ ਤੇ ਬੰਦੇ ਨੂੰ ਫਰੂਟਫੁੱਲ ਜਿਹੜੀ ਨਤੀਜੇ ਹੈਗੇ ਨੇ ਰਿਜ਼ਲਟ ਹੈਗੇ ਨੇ ਉਹ ਬਹੁਤ ਘੱਟ ਮਿਲਦੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਰੱਬ ਕਰੇ ਇਹਦੇ ਉੱਤੇ ਸ਼ਾਹਰੁਖ ਅਮੀਰ ਜਾਂ ਅਕਸ਼ਾ ਕੁਮਾਰ ਦੀ ਨਜ਼ਰ ਪਵੇ ਮੁੰਡਾ ਬੜਾ ਟੈਲੈਂਟਡ ਹੈ ਜੀ ਪੰਜਾਬ ਤੋਂ ਲੈ ਕੇ ਜਾਣ ਦਾ ਜ਼ਰੂਰ ਲੈ ਕੇ ਜਾਇਓ ਕੋਈ ਰੂਲ ਰੂਲ ਮੁੰਡੇ ਨੇ ਜਰੂਰ ਦੋ ਕੰਮ ਕਰਾ ਕੇ ਦੇਖੋ ਬੜਾ ਵਧੀਆ ਲੱਗਿਆ ਰਵੀ ਜੀ ਥੈਂਕਸ ਫੋਰ ਯੂਅਰ ਨੈਕਸਟ ਜੋ ਵੀ ਹੈ ਐਪੀਸੋਡ ਜਾਂ ਤੁਹਾਡੀ ਕਮਿੰਗ ਲਾਈਫ ਥੈਂਕ ਯੂ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਲਾਈਫ ਚ ਨਾ ਕਦੇ ਵੀ ਨਾ ਤੁਸੀਂ ਕਹਿੰਦੇ ਨਾ ਮੈਂ ਇੱਥੋਂ ਸਿੱਖਦਾ ਜਾਂ ਉੱਥੋਂ ਸਿੱਖਦਾ ਤੇ ਸਿਰਫ ਆਪਣੇ ਪੇਰੈਂਟਸ ਕੋਲੋਂ ਸਿੱਖੋ ਮੈਂ ਆਪਣੇ ਡੈਡ ਨੂੰ ਦੇਖ ਕੇ ਸਿੱਖਦਾ ਠੀਕ ਹੈ ਤੇ ਮੈਂ ਸਿਰਫ ਆਪਣੀ ਫੈਮਿਲੀ ਵਾਸਤੇ ਕਰਦਾ ਠੀਕ ਹੈ ਔਰ ਮੇਰੇ ਆਸ-ਪਾਸ ਵਾਲੇ ਲੋਕਾਂ ਵਾਸਤੇ ਕਰਦਾ ਠੀਕ ਹੈ ਫੈਮਲੀ ਨੂੰ ਕਦੀ ਖੁਸ਼ ਰੱਖੋਗੇ ਨਾ ਐਨੀ ਪੋਜ਼ਿਟਿਵ ਵਾਈਬਸ ਆਉਗੀਆਂ ਰੱਬ ਵੀ ਤਰੱਕੀ ਦਊਗਾ 100% ਗੱਲ ਹੈ ਜੀ ਪੰਜਾਬੀ ਦੇ ਸਿੱਟੇ ਤੇ ਇਸ ਵਕਤ ਅਸੀਂ ਖੜੇ ਹਾਂ ਤੇ ਸ਼ੂਟਿੰਗ ਚੱਲ ਰਹੀ ਹੈ ਖਸਮਾਂ ਨੂੰ ਖਾਣੇ ਮੇਰੇ ਨਾਲ ਇਸ ਵਕਤ ਦੋਏ ਉਹ ਕੁੜੀਆਂ ਹੈਗੀਆਂ ਨੇ ਜੋ ਹੀਰੋਇਨ ਦਾ ਰੋਲ ਕਰ ਰਹੇ ਹਨ ਦਰਸਲ ਫਿਲਮ ਦੀ ਕਹਾਣੀ ਕੁਝ ਕੁਝ ਮਿਲਦੀ ਹੈ ਪਤੀ ਪਤਨੀ ਔਰ ਉਹ ਦੇ ਨਾਲ ਤੁਸੀਂ ਸਾਰੇ ਸਮਝ ਗਏ ਹੋਗੇ ਕਿ ਮੇਰਾ ਜੋ ਮੋਟਿਵ ਹੈਗਾ ਕੀ ਹੈਗਾ ਸਮਝਾਣ ਦਾ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਦੋ ਸੋਹਣੀਆਂ ਜੀਆਂ ਕੁੜੀਆਂ ਖੜੀਆਂ ਨੇ ਨਾ ਪੁੱਛਦੇ ਪਹਿਲਾਂ ਆਪਾਂ ਫਿਰ ਇਹਨਾਂ ਤੋਂ ਆਪਾਂ ਇਹਨਾਂ ਦਾ ਕੰਮ ਪੁੱਛਦੇ ਹਾਂ ਹਾਂਜੀ ਕੀ ਨਾਂ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸੁਖਤ ਰਿਹਨ ਤੇ ਖਸਮਾਨੂ ਖਾਨੀ ਚ ਐਕਚੁਅਲੀ ਮੈਂ ਖਸਮਾਨੂ ਖਾਨੀ ਆ ਯਾਨੀ ਕਿ ਇਹ ਹੈ ਜੀ ਖਸਮਾਨੂ ਖਾਨੀ ਇਹਨੂੰ ਜਦੋਂ ਵਧੀਆ ਨਾਲ ਦੇਖੋ ਤੇ ਤੁਹਾਡਾ ਕੀ ਨਾਂ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਸਿਮਰਨ ਤੇ ਖਸਮਾਨੂ ਖਾਨੀ ਵਿੱਚ ਮੈਂ ਪਲੇ ਕਰ ਰਹੀ ਆ ਅਰਮਾਨ ਦੀ ਵਾਈਫ ਦਾ ਰੋਲ ਯਾਨੀ ਕਿ ਦੇਸ਼ੋ ਦਾ ਰੋਲ ਮਾਦਰਾ ਜੀ ਇਹ ਪਿੰਡੋਂ ਆਏ ਨੇ ਤੇ ਇਹ ਸ਼ਹਿਰੋਂ ਇਹ ਤੁਸੀਂ ਪੈਂਟ ਬਣੀ ਆ ਤੇ ਤੁਸੀਂ ਸੂਟ ਇਹੀ ਹੋ ਗਿਆ ਪੈਂਟ ਤੇ ਡਰੈਸ ਅੱਛਾ ਤੁਸੀਂ ਪਹਿਲਾਂ ਆਪਣੇ ਬਾਰੇ ਕੁਝ ਦੱਸੋ ਜੀ ਅ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਖਸਮਾ ਨੂੰ ਖਾਣੀ ਦੇ ਵਿੱਚ ਮੇਰੇ ਕਰੈਕਟਰ ਦਾ ਨਾਮ ਹੈ ਸਿੰਪਲ ਸ਼ਰਮਾ ਵੈਸੇ ਤਾਂ ਕੁੜੀ ਦਾ ਨਾਮ ਸਿੰਪਲ ਹੈ ਬਟ ਅਗਰ ਰੋਲ ਦੀ ਗੱਲ ਕੀਤੀ ਜਾਵੇ ਬਿਲਕੁਲ ਵੀ ਸਿੰਪਲ ਨਹੀਂ ਮਤਲਬ ਸਾਰੇ ਪੋੜੇ ਦੀ ਜੜੀ ਇਹੀ ਹੈ ਸੋ ਕਿਤੇ ਨਾ ਕਿਤੇ ਪੋੜੇ ਪਾੰਦੀ ਰਹਿੰਦੀ ਛੋਟੀ ਮੋਟੀ ਚੀਜ਼ਾਂ ਦੇ ਵਿੱਚ ਜਿਵੇਂ ਕਿ ਇਹਨਾਂ ਦਾ ਹਸਬੰਡ ਲੁੱਟ ਕੇ ਲੈ ਆਈ ਹੈ ਸੋ ਹੁਣ ਸਟੋਰੀ ਸਾਡੀ ਬਹੁਤ ਜ਼ਿਆਦਾ ਇੰਟਰਸਟਿੰਗ ਹੋ ਚੁੱਕੀ ਜਿਵੇਂ ਕਿ 3 ਮਹੀਨੇ ਦਾ ਬ੍ਰੇਕ ਸੀਗਾ ਲੌਕਡਾਊਨ ਲੱਗਾ ਤੇ ਲੌਕਡਾਊਨ ਤੋਂ ਪਹਿਲਾਂ ਐਵੇਂ ਹੋਇਆ ਸੀਗਾ ਕਿ ਸਾਡਾ ਟਵਿਸਟ ਬੋਲ ਬਣ ਗਿਆ ਸੀਗਾ ਸੀਰੀਅਲ ਦਾ ਤੇ ਆ ਤਾਂ ਤੁਹਾਨੂੰ ਮੈਂ ਥੋੜਾ ਬਹੁਤ ਸੀਰੀਅਲ ਤਾਂ ਤਾਜ਼ ਦਿੱਤਾ ਬਟ ਐਕਚੁਅਲ ਜੋ ਫਲੇਵਰ ਆ ਉਹ ਤੁਸੀਂ ਦੇਖਣਾ ਜੀ ਪੰਜਾਬੀ ਦੇ ਉੱਤੇ ਹੀ ਸਾਡੇ ਸੀਰੀਅਲ ਨੂੰ ਖਸਮਾਂ ਨੂੰ ਖਾਣੀ ਨੂੰ ਸ਼ਾਮ 7 ਵਜੇ ਹੁਣ ਐ ਸੁੱਖ ਗੱਲ ਕਰਾਂ ਤਾਜੀ ਇਸ ਤੋਂ ਪਹਿਲਾਂ ਸੀਰੀਅਲ ਤੋਂ ਪਹਿਲਾਂ ਗੱਲ ਕਰਾਂ ਤਾਂ ਮੈਂ ਐਜ਼ ਐਨ ਐਕਟਰ ਕੰਮ ਕਰਦੀ ਰਹੀ ਆ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਸੀਰੀਅਲ ਕੀਤਾ ਸੀ ਡੀਡੀ ਕਿਸਾਨ ਦਾ ਹੀ ਸੀਗਾ ਆਧਾਰ ਸ਼ਿਲਾ ਸੀ ਕੁਝ ਇੱਕ ਪੰਜਾਬੀ ਸੌਂਗਸ ਕੀਤਾ ਐਜ਼ ਐਨ ਐਂਕਰ ਐਜ਼ ਐਨ ਐਕਟਰ ਕੰਮ ਕਰਦੀ ਰਹੀ ਆ ਸੋ ਇਹ ਸਾਰਾ ਫਲੇਵਰ ਸੀਗਾ ਆਲਮੋਸਟ ਲਾਕਡਾਊਨ ਦੇ ਵਿੱਚ ਕੀ ਕੀਤਾ ਉਹ ਦੱਸੋ ਲੌਕਡਾਊਨ ਦੇ ਵਿੱਚ ਭੰਗੜੇ ਪਾਏ ਦੇਖਦਾ ਦੇਖਦਾ ਕੌਣ ਸੀ ਸਾਰੇ ਫੈਨਸ ਦੇਖਦੇ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਵਿੱਚ ਪਾਏ ਕੁਛ ਨਾ ਕੁਛ ਭੰਗੜਾ ਪਹਿਲਾਂ ਆਨਲਾਈਨ ਸਿੱਖ ਲਿੱਤਾ ਦੈਨ ਉਸ ਤੋਂ ਬਾਅਦ ਦੀਵਾਸ ਸ਼ੂਟ ਕੀਤਾ ਦਿਖਾਤਾ ਕੁਝੇ ਕੁੜੀਆਂ ਨੂੰ ਟਿਪਸ ਦਿੱਤੀਆਂ ਨੇ ਸਟਾਈਲਿੰਗ ਦੀਆਂ ਹੋਗੀਆਂ ਕਿ ਕਿਵੇਂ-ਕਿਵੇਂ ਦੇ ਸਾਨੂੰ ਫੈਸ਼ਨ ਟ੍ਰੈਂਡ ਕਿਉਂਕਿ ਲੌਕਡਾਊਨ ਚ ਐਵੇਂ ਹੋ ਗਿਆ ਸੀ ਬੰਦਾ ਬੋਰ ਹੋ ਗਿਆ ਸੀ ਆਪਣੇ ਆਪ ਨੂੰ ਹੀ ਦੇਖ ਕੇ ਤੇ ਕੁੜੀਆਂ ਨੇ ਕੀ ਕੀਤਾ ਘਰੇ ਤਿਆਰ ਹੋ ਕੇ ਫੋਟੋਸ ਪਾਈਆਂ ਵੀਡੀਓਸ ਪਾਈਆਂ ਚ ਮੇਕਅਪ ਦੀ ਹੈ ਚ ਸਟਾਈਲਿੰਗ ਦੀ ਹੈ ਮੈਂ ਮੈਂ ਤੁਹਾਡੇ ਹੀਰੋ ਨੂੰ ਪੁੱਛਿਆ ਮੈਂ ਕਿਹਾ ਕੀ ਕੀਤਾ ਨਵੀ ਨੂੰ ਕਹਿੰਦਾ ਜੀ ਮੈਂ ਕਿ ਉਹ ਨਹੀਂ ਹੋ ਬਹੁਤ ਬਹੁਤ ਤੁਸੀਂ ਕੁਝ ਲਿਖਣਾ ਪਸੰਦ ਕਰਦੇ ਹੋ ਜਾਂ ਕੁਝ ਇੱਕ ਜਾਂ ਸੋਸ਼ਲ ਮੀਡੀਆ ਨਾਲ ਜੁੜੇ ਹੋ ਜੀ ਮੈਂ ਸੋਸ਼ਲ ਮੀਡੀਆ ਨਾਲ ਹੀ ਜੁੜੀ ਹੋਈ ਆ ਗਾਣੇ ਤੇ ਲਿਖਣ ਬੋਲਣ ਗਾਣ ਦੇ ਵਿੱਚ ਮੇਰਾ ਕੁਝ ਰੋਲ ਨਹੀਂ ਹੈਗਾ ਮੇਰਾ ਬਸ ਇਹ ਹੈ ਕਿ ਮੈਂ ਚਲੋ ਐਜ਼ ਅ ਐਕਟਰ ਆ ਡਾਇਲੌਗਸ ਡਿਲੀਵਰ ਕਰ ਲੈਂੀਆਂ ਥੋੜੀ-ਬਹੁਤ ਐਵੇਂ ਆ ਕਿ ਫੈਸ਼ਨ ਟਿਪਸ ਹੋ ਗਿਆ ਸਟਾਈਲਿੰਗ ਹੋ ਗਿਆ ਉਹ ਸਭ ਕੁਝ ਕਰ ਲੀਦਾ ਇਹਦਾ ਕੀ ਨਾਤਾਂ ਦਾ ਮਤਲਬ ਇਹ ਹੈਗਾ ਜੀ ਇਹ ਨਾ ਲਿਖਦੇ ਨੇ ਨਾ ਗਾਉਂਦੇ ਨੇ ਮਤਲਬ ਆਪਣੀ એનર્ਜੀ ਦੂਜੇ ਪਾਸੇ ਨਹੀਂ ਇਹ ਖਰਚ ਕਰਦੇ ਤੇ ਸੇਵ ਹੀ ਕਰਕੇ ਰੱਖਦੇ ਨੇ ਬੜੀ ਵਧੀਆ ਗੱਲ ਹੈ ਪ੍ਰੋਫੈਸ਼ਨਲ ਲੋਕ ਨੇ ਅੱਛਾ ਇਹ ਦੱਸੋ ਕਿ ਸਟਰਗਲ ਕਿੰਨੀ ਦੇਰ ਤੋਂ ਕਰ ਰਹੇ ਹੋ ਅ ਅਗਰ ਐਜ਼ ਇਨ ਮਤਲਬ ਇਸ ਪਲੇਟਫਾਰਮ ਦੀ ਗੱਲ ਕਰਾਂ ਮੈਨੂੰ ਪੰਜਾਬ ਦੇ ਵਿੱਚ ਆਲਮੋਸਟ ਕੰਮ ਕਰਦੇ ਨੂੰ 7 ਸਾਲ ਹੋ ਗਏ ਨੇ ਮਤਲਬ ਮੈਂ ਕਾਲਜ ਟਾਈਮ ਤੋਂ ਹੀ ਸ਼ੁਰੂ ਕਰ ਦਿੱਤਾ ਸੀਗਾ ਵੈਸੇ ਮੈਂ ਬੌਰਨ ਐਂਡ ਬ੍ਰੌਟ ਅਪ ਜੋ ਹੈ ਜਲੰਧਰ ਤੋਂ ਹੈ ਜਲੰਧਰ ਵੀ ਕਿਹਾ ਜਾਂਦਾ ਹੈ ਕਿ ਇੱਕ ਹੱਬ ਹੈਗਾ ਜਿਵੇਂ ਚੰਡੀਗੜ੍ਹ ਆ ਜਿਵੇਂ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਜੋ ਇੱਕ ਮੀਡੀਆ ਲਾਈਨ ਦਾ ਹੱਬ ਹੈਗਾ ਚੰਡੀਗੜ ਮੋਹਾਲੀ ਹੋ ਗਿਆ ਤੇ ਮੈਂ ਜਲੰਧਰ ਤੋਂ ਸੀ ਜਲੰਧਰ ਪਲੇਟਫਾਰਮ 'ਤੇ ਸੀਗੇ ਵੀ ਕੰਮ ਕਰਨ ਨੂੰ ਬਟ ਸਟਿਲ ਜੋ ਜ਼ੀ ਪੰਜਾਬੀ ਨੇ ਸਾਨੂੰ ਇੱਕ ਬਹੁਤ ਵੱਡਾ ਚਾਂਸ ਦਿੱਤਾ ਹੈ ਕਿ ਆਪਾਂ ਕਹਿੰਦੇ ਸੀ ਸਾਡੇ ਆਰਟਿਸਟ ਦੀ ਸੋਚ ਹੁੰਦੀ ਸੀ ਕਿ ਅਗਰ ਆਪਾਂ ਸੀਰੀਅਲ ਕਰਨਾ ਹੈ ਫਿਲਮ ਕਰਨੀ ਹੈ ਉਹਦੇ ਲਈ ਸ਼ਾਇਦ ਸਾਨੂੰ ਮੁੰਬਈ ਜਾਣਾ ਪਊਗਾ ਬਟ ਜ਼ੀ ਪੰਜਾਬੀ ਨੇ ਇਹ ਪਲੇਟਫਾਰਮ ਦਿੱਤਾ ਕਿ ਹਾਂ ਦਿੱਲੀ ਸੋਪਸ ਹੁਣ ਪੰਜਾਬ ਤੋਂ ਬਣਨਗੇ ਮਤਲਬ ਸਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਮੋਹਾਲੀ ਦੇ ਵਿੱਚ ਰਹਿੰਦੇ ਆ ਆਪਣੇ ਫੈਮਲੀ ਨਾਲ ਰਹਿੰਦੇ ਹੋਏ ਆ ਸਾਨੂੰ ਚਾਂਸ ਮਿਲਿਆ ਮੈਨੂੰ ਇਹ ਚਾਂਸ ਆਲਮੋਸਟ 7 ਸਾਲ ਬਾਅਦ ਮਿਲਿਆ ਸੀਰੀਅਸਲੀ ਮਤਲਬ ਸਟਰਗਲ ਚਲਦਾ ਰਿਹਾ ਐਜ਼ ਐਨ ਐਕਟਰ ਐਜ਼ ਐਨ ਮਾਡਲ ਐਜ਼ ਐਨ ਇਨਫਲੂਐਂਸਰ ਐਜ਼ ਐਨ ਆਪਾ ਗੱਲ ਕਰ ਸਕਦੇ ਆ ਵੀ ਕਿਸੇ ਵੀ ਲੈਵਲ ਦੇ ਵਿੱਚ ਕਰ ਲਈਏ ਟੀਵੀ ਐਕਟਰ ਹੋ ਗਿਆ ਜਾਂ ਫਿਰ ਵੀਡੀਓ ਜੋਕੀ ਹੋ ਗਿਆ ਸਾਈਡ ਬਾਈ ਸਾਈਡ ਕਿਤੇ ਕਿਤੇ ਜੌਬ ਵੀ ਕਰਨੀ ਪਈ ਕਿ ਅਗਰ ਸਾਨੂੰ ਪ੍ਰੋਜੈਕਟ ਨਹੀਂ ਮਿਲਦੇ ਵੇ ਤਾਂ ਫਰੀ ਨਹੀਂ ਰਹਿਣਾ ਕਿਤੇ ਜੌਬ ਕਰੋ ਸੋ ਸਾਨੂੰ ਜੌਬ ਵੀ ਕਰਨੀ ਪਈ ਬਟ ਹੁਣ ਫਾਈਨਲੀ ਆ ਮੌਕਾ ਮਿਲਿਆ ਤਿੰਨ ਮਹੀਨੇ ਦਾ ਭਾਵੇਂ ਕਰੋਨਾ ਨੇ ਲਾਕਡਾਊਨ ਕਰਕੇ ਸੋ ਇੱਕ ਬ੍ਰੇਕ ਲਗਾ ਦਿੱਤਾ ਬਟ ਸਟਿਲ ਦਾ ਚਾਂਸ ਮਿਲਿਆ ਤੇ ਮੈਂ ਸੀਰੀਅਸਲੀ ਥੈਂਕਸ ਕਰਨਾ ਚਾਹਾਂਗੀ ਦਿ ਲੋ ਜੀ ਪੰਜਾਬੀ ਦਾ ਕਿ ਇੰਨਾ ਵਧੀਆ ਕੰਟੈਂਟ ਉਹਨਾਂ ਨੇ ਲੋਕਾਂ ਨੂੰ ਵੀ ਪ੍ਰੋਵਾਈਡ ਕੀਤਾ ਜਿਵੇਂ ਲਾਕਡਾਊਨ ਦੇ ਵਿੱਚ ਲੋਕੀ ਬਹੁਤ ਬੋਰ ਹੋ ਗਏ ਸੀਗੇ ਉਹੀ ਪੁਰਾਣੇ ਸੀਰੀਅਲਸ ਆ ਰਹੇ ਸੀਗੇ ਗੱਲ ਕੀਤੀ ਜਾਵੇ ਲੇਕਿਨ ਜੀ ਪੰਜਾਬੀ ਵਿੱਚ ਨਵੇਂ-ਨਵੇਂ ਕਨਸੈਪਟ ਆਏ ਨਵੇਂ-ਨਵੇਂ ਸੀਰੀਅਲ ਆਏ ਲੋਕਾਂ ਨੇ ਦੇਖੇ ਉਹਨਾਂ ਦਾ ਇੰਟਰਸਟ ਜਾ ਗਿਆ ਹੁਣ ਉਹਨਾਂ ਨੂੰ ਵੇਟ ਹੈ 13 ਜੁਲਾਈ ਦੀ ਕਿ 13 ਜੁਲਾਈ ਨੂੰ ਜੀ ਪੰਜਾਬੀ ਦੇ ਨਵੇਂ ਸੀਰੀਅਲ ਆਣੇ ਆ ਸੀ ਉਹ ਵੇਖਣੇ ਆ ਬਸ ਸੁਖ ਜੀ ਆਪਾਂ ਗੱਲ ਕਰੀਏ ਤਾਂ ਦੇਖੋ ਸਿਲਵਰ ਸਕਰੀਨ ਦਾ ਜਲਵਾ ਕਹਿੰਦੇ ਬਹੁਤ ਜ਼ਿਆਦਾ ਜ਼ਿਆਦਾ ਚੱਲਦਾ ਹੈ ਲੰਬਾ ਚੱਲਦਾ ਹੈ ਤੇ ਜਿਆਦਾ ਮਤਲਬ ਵਧੀਆ ਹੁੰਦਾ ਹੈਗਾ ਫਿਲਮਾਂ ਨਾਲੋਂ ਫਿਲਮਾਂ 'ਚ ਕੰਮ ਕਰਨਾ ਪਸੰਦ ਕਰੋਗੇ ਜਾਂ ਸੀਰੀਅਲ ਦੇ ਵਿੱਚ ਮੈਂ ਸੱਚੀ ਦੱਸਾਂ ਮੈਂ ਦੋਵੇਂ ਜੀ ਕਰਨਾ ਚਾਹਾਂਗੀ ਸੀਰੀਅਲ ਤੋਂ ਭਾਵੇਂ ਮੇਰੀ ਸ਼ੁਰੂਆਤ ਹੋਈ ਹੈ ਤੋਂ ਦੋ ਬੇੜੀਆਂ ਦੇ ਥੋੜਾ ਸਵਾਰਤ ਜਾਂਦਾ ਐ ਥੋੜਾ ਹੁੰਦਾ ਚਲੋ ਹਜੇ ਦੀ ਗੱਲ ਕੀਤੀ ਜਾਵੇ ਹਜੇ ਮੈਂ ਕਸਮਾਂ ਨੂੰ ਖਾਣੀ ਦੀ ਨਾਲ ਐ ਸਟੋਰੀ ਵਧੀਆ ਚੱਲਦੀ ਰਹੇ ਤੇ ਬਹੁਤ ਸਾਰੇ ਡਾਇਰੈਕਟਰਸ ਦੇਖਦੇ ਹੋਣਗੇ ਕੁੜੀ ਉਹ ਵਧੀਆ ਲੱਗੇ ਤਾਂ ਫਿਲਮ ਦੇ ਵੀ ਸਾਈਨ ਕਰ ਲਈਓ ਇੱਕ ਕੁੜੀ ਬੜੀ ਸਿਆਣੀ ਹੈ ਜੀ ਇਹ ਕਹਿੰਦੇ ਕੰਮ ਮਿਲਦਾ ਰਹੇ ਕੰਮ ਜਿੱਥੇ ਮਰਜ਼ੇ ਮਿਲਦਾ ਰਹੇ ਅਜੇ ਮੇਰੇ ਨਾਲ ਦੂਸਰੇ ਹੈਗੇ ਨੇ ਹਰਸਿਮਰਤ ਜਿਨ੍ਹਾਂ ਦਾ ਕਿ ਇਸ ਸੀਰੀਅਲ ਦੇ ਵਿੱਚ ਪਤਨੀ ਦਾ ਰੋਲ ਹੈਗਾ ਤੇ ਇੱਕ ਬੜਾ ਉਹਨਾਂ ਨੂੰ ਪਿੰਡੂ ਟਾਈਪ ਦਿਖਾਇਆ ਹੋਇਆ ਇਲਿਟਰੇਟ ਹਾਂਜੀ ਹਾਂਜੀ ਉਹ ਮੈਂ ਹਲੇ ਅੱਜ ਮੇਰੀ ਸ਼ੂਟਿੰਗ ਨਹੀਂ ਸੀਗੀ ਤਾਂ ਮੈਂ ਅੱਜ ਫੁੱਲ ਨਹੀਂ سٹॉप ਚਾਈਆ ਵੈਸੇ ਮੇਰਾ ਕੈਰੈਕਟਰ ਬਿਲਕੁਲ ਦੇਸੀ ਵਾਈਫ ਦਾ ਹੈ ਜੋ ਆਪਣੇ ਗਵਾਂਡਿਆਂ ਨੂੰ ਬਹੁਤ ਪਿਆਰ ਕਰਦੀ ਹੈ ਘਰ ਕੋਈ ਵੀ ਆਵੇ ਉਹਨਾਂ ਨੂੰ ਬਿਨਾ ਪਾਣੀ ਪਿਲਾਏ ਜਾਂ ਬਿਨਾ ਖਾਣਾ ਖਾਈ ਨਹੀਂ ਤੁੰਤ ਨਿਰੁੱਪਰਾਈ ਟਾਈਪ ਹਾਂਜੀ ਹਾਂਜੀ ਬਿਲਕੁਲ ਬਹੁਤ ਸੌਫਟ ਹਾਰਟਿਡ ਹੈ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਸਭ ਨੂੰ ਦਾ ਛੋਟਾ ਜਿਹਾ ਬੱਚਾ ਹੈ 7 ਸਾਲ ਦਾ ਉਹਨੂੰ ਬਹੁਤ ਪਿਆਰ ਕਰਦੀ ਹੈ ਆਪਣੇ ਪਤੀ ਦਾ ਬਹੁਤ ਖਿਆਲ ਰੱਖਦੀ ਹੈ ਤੇ ਹੁਣ ਜਦੋਂ ਲਾਕਡਾਊਨ ਤੋਂ ਪਹਿਲਾਂ ਉਹਨੂੰ ਪਤਾ ਲੱਗਿਆ ਸੀਗਾ ਕਿ ਉਹਦੇ ਪਤੀ ਦਾ ਦਰਸ਼ਕੋ ਇਹ ਬੜੀਆਂ ਸੱਚੀਆਂ ਗੱਲਾਂ ਕਹਿ ਰਹੀ ਹੈ ਕੁੜੀ ਕਿਉਂਕਿ ਚਾਹੇ ਆਮ ਲਾਈਫ ਹੋਵੇ ਜਾਂ ਫਿਲਮੀ ਲਾਈਫ ਹੋਵੇ ਜਿਹੜਾ ਬੰਦਾ ਦਿਲ ਦਾ ਚੰਗਾ ਹੈ ਨਾ ਉਹਨੂੰ ਦੁੱਖ ਸਹਣਾ ਹੀ ਪੈਂਦੇ ਨੇ ਗੱਲ ਤਾਂ ਸਹੀ ਹੈ ਤੇ ਜਿੱਦਾਂ ਜਿੱਦਾਂ ਲਾਕਡਾਊਨ ਤੋਂ ਪਹਿਲਾਂ ਮੈਂ ਕਹਿ ਰਹੀ ਸੀਗੀ ਕਿ ਸਾਡਾ ਸ਼ੂਟ ਰੁਕੇ ਤਾਂ ਉਸ ਤੋਂ ਪਹਿਲਾਂ ਇੱਕ ਟਵਿਸਟ ਆਇਆ ਸੀਗਾ ਕਿ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਾਰਮਾਨ ਦਾ ਚੱਕਰ ਚੱਲ ਰਿਹਾ ਬਾਹਰ ਤਾਂ ਹੁਣ ਆਡੀਅנס ਬਹੁਤ ਐਕਸਾਈਟਿਡ ਹੈ ਵੇਖਣ ਨੂੰ ਕਿ ਅੱਗੇ ਦੇਸ਼ੋ ਕੀ ਕਰੂਗੀ ਾਰਮਾਨ ਤੋਂ ਬਦਲਾ ਲਓਗੀ ਜਾਂ ਾਰਮਾਨ ਨੂੰ ਮਾਫ ਕਰ ਦੋਗੀ ਤਾਂ ਉਹ ਇੱਕ ਟਵਿਸਟ ਹੈ ਜਿਹੜਾ ਸਾਰੇ ਲੋਕੀ ਵੇਟ ਕਰ ਰਹੇ ਨੇ ਮੈਂ ਬਹੁਤ ਐਕਸਾਈਟਿਡ ਹਾਂ ਉਹਦੇ ਵਿੱਚ ਐਕਟ ਕਰਨ ਕਿਉਂਕਿ ਮੇਰਾ ਕੈਰੈਕਟਰ ਬਹੁਤ ਜ਼ਿਆਦਾ ਚੇਂਜ ਹੋਣ ਵਾਲਾ ਹੈ ਤਾਂ ਉਹਦੇ ਲਈ ਤੁਹਾਨੂੰ ਦੇਖਣਾ ਪਊਗਾ ਕਸਵਾ ਨੂੰ ਕਹਾਣੀ ਸ਼ਾਮੀ 7 ਵਜੇ ਉਸੇ ਛੱਟਕੇ ਵੀ ਚਲੀ ਜਾਣਾ ਆਪਣੇ ਹਸਬੰਡ ਨਾਲ ਹਾਂਜੀ ਮੈਂ ਇਸ ਤੋਂ ਪਹਿਲਾਂ ਕਿ ਮੇਰਾ ਘਰ ਵਾਲਾ ਮੈਨੂੰ ਬਾਹਰ ਕੱਢੇ ਤਾਂ ਆਈ ਏਮ ਬੀ ਕਮਿੰਗ ਅ ਸੈਲਫ ਡਿਪੈਂਡੈਂਟ ਊਮਨ ਤਾਂ ਮੈਂ ਘਰ ਛੱਟ ਕੇ ਆਪ ਹੀ ਚਲੀ ਜਾਣੀ ਹਰ ਸਿਮਰਤ ਇਹ ਤਾਂ ਸੇ ਫਿਲਮੀ ਗੱਲ ਹੈ ਹਾਂਜੀ ਜੇ ਕਿਤੇ ਅਸਲੀ ਲਾਈਫ ਚ ਐਦਾਂ ਹੋ ਗਿਆ ਫੇਰ ਕੀ ਕਰੋਗੇ ਅਸਲੀ ਲਾਈਫ ਚ ਪਹਿਲਾਂ ਤਾਂ ਮੈਨੂੰ ਪਤਾ ਲੱਗ ਜੂਗਾ ਪਹਿਲਾਂ ਇੰਨੀ ਦੇਰ ਨਹੀਂ ਲੱਗੂਗੀ ਪਤਾ ਲੱਗਣ ਚ ਕਿ ਐਦਾਂ ਦਾ ਕੁਝ ਚੱਲ ਰਿਹਾ ਹੈ ਪਹਿਲਾਂ ਪਤਾ ਲੱਗੇ ਬਾਅਦ ਚ ਲੱਗੇ ਪਤਾ ਲੱਗ ਗਿਆ ਕੀ ਕਰੋਗੇ ਫਿਰ ਅੰਦਰ ਕਰਾਉਂਗੇ ਕੀ ਕਰੋਗੇ ਮੈਂ ਨਹੀਂ ਜਾਉਂਗੀ ਉਹਨੂੰ ਜਾਣਾ ਪੈਣਾ ਘਰ ਛੱਡ ਕੇ ਬਾਹਰ ਇਹ ਸਭ ਤੋਂ ਬੈਸਟ ਹੈ ਪਰਚਾ ਪੁਰਚਾ ਦਾ ਕਰਾਉਂਗੇ ਉਹਦੇ ਤੇ ਪਰਚਾ ਪੁਰਚਾ ਪਹਿਲੇ ਤਾਂ ਉਹ ਬਾਤ ਦੀ ਗੱਲ ਹੈ ਪਰਚਾ ਪੁਰਚਾ ਮੈਂ ਕਹੂੰਗੀ ਤੂੰ ਘਰੋਂ ਚੱਲ ਜਾ ਬਾਹਰ ਪਰਚਾ ਪੁਰਚੇ ਦੀ ਗੱਲ ਬਾਅਦ ਦੇਖਾਂਗੇ ਵੀ ਘਰ ਦੇ ਜਾ ਹੈ ਨਿਆਲੇ ਬਿਉਰੀ ਰੱਖ ਦੇ ਹਾਂ ਮਹੀਨੇ ਦਾ ਖਰਚਾ ਵੀ ਦੇ ਜਾ ਕਰੀ ਤੇ ਗੱਡੀ ਦੀ ਚਾਬੀ ਬਿਉਰੀ ਰੱਖ ਦੇ ਤੇ ਉਹ ਗਰੀਬ ਜਾਊਗਾ ਕਿੱਥੇ ਨਹੀਂ ਨਹੀਂ ਉਹ ਤਾਂ ਮੈਂ ਐਜੂਕੇਟਡ ਰਹਾਂਗੀ ਨਾ ਕਿ ਹਾਂ ਮੈਂ ਆਪੇ ਆਪਣਾ ਖਰਚਾ ਆਪ ਚੱਕ ਸਕਦੀ ਹਾਂ ਸਭ ਕੁਝ ਹੈ ਦੇਸ਼ ਹੋਵਾਂਗੀ ਦੇਸ਼ੋ ਥੋੜੀ ਜਿਹੀ ਹੋਏ ਨਾ ਕਿ ਉਹਨੂੰ ਹਲੇ ਥੋੜਾ ਜਿਹਾ ਟਾਈਮ ਲੱਗੂਗਾ ਕਿ ਚੀਜ਼ਾਂ ਸਿੱਖਣ ਚ ਕਿ ਕਿੱਦਾਂ ਆਪ ਰਹਿਣਾ ਹੈ ਆਪ ਚੀਜ਼ਾਂ ਸਾਂਭਣੀਆਂ ਨੇ ਬਟ ਸਿੱਖ ਜਾਊਗੀ ਮੈਨੂੰ ਲੱਗਦਾ ਧੀਰੇ ਧੀਰੇ ਅੱਛਾ ਹਰਸਿਮਰਤ ਫਿਊਚਰ ਪਲਾਨ ਕੀ ਨੇ ਤੁਹਾਡੇ ਫਿਊਚਰ ਪਲਾਨ ਹਜੇ ਤਾਂ ਮੈਂ ਮਤਲਬ ਫੁਲੀ ਆਮ ਕਨਸੈਂਟਰੇਟਿੰਗ ਔਨ ði ਸੀਰੀਅਲ ਬਿਕਾਜ਼ ਜਿਦਾ ਸਾਨੂੰ ਪਤਾ ਡੇਲੀ ਸੋਪ ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਰੋਜ਼ ਦੇ ਰੋਜ਼ ਨਾ 14 14 ਘੰਟੇ ਸਾਡਾ ਸ਼ੂਟ ਚੱਲਦਾ ਹੈ ਹਲੇ ਤਾਂ ਮੈਂ ਫਿਲਹਾਲ ਇਸ ਤੇ ਕਨਸੈਂਟਰੇਟ ਕਰ ਰਹੀ ਹਾਂ ਬਟ ਯੈਸ ਆਮ ਓਪਨ ਟੂ ਐਨੀ ਓਪਰਚ्युनिटीਜ਼ ਵਿਚ ਮਾਈਟ ਕਮ ਔਨ ਮਾਈ ਵੇ ਸੋ ਦਰਸ਼ਕੋ ਇਹ ਇਹ ਦੋਨੇ ਕੁੜੀਆਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਸੀਰੀਅਲ ਚੱਲ ਰਿਹਾ ਖਸਮਾ ਨੂੰ ਖਾਣੀ ਬੋਲਦੀਆਂ ਬਹੁਤ ਵਧੀਆਂ ਨੇ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਐਕਟਿੰਗ ਵੀ ਇਹਨਾਂ ਦੀ ਬਹੁਤ ਵਧੀਆ ਹੋਵੇਗੀ ਸੋ ਦੇਖਣਾ ਨ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ ਦੈਨਿਕ ਸਵੇਰਾ ऑल वर्ल्ड ओपन चैलेंज टाइम गोल्ड मेडलिस्ट मिया रफीक मोलवी बेगम तोर सान सटा नंबर, लव मेरिज पति पत्नी चिदस पका होना कारोबार का ना चलना सिर्फ इकती घंटिया मिया रफीकोहम्मद मोबाइल चौरासी तीन सो चुहतर चौरानवे छे सो संताली चौरासी तीन सो चुहत्तर चौरानवे छे सो अड़ताली